अगली खबर देवाल वद्गे शर्मा जी ते गल करिए आरएसएस दी। आरएसएस ने हुण सारी भाईचारे नूं नाल लिआउण दी स्कीम कड़ी है। इह स्कीम पंजाब दे विच ही है जां होरना राज्यां दे विच भी? कश्मीर तो केरला तक है ये स्कीम। ओ अच्छा, मैं कहा जित्थे जित्थे चोणां शायद उत्थे उत्थे होए। नहीं, पूरे देश असल च की है कि आपां पहलां वी गल करदे रहे कि भाजपा ना कुछ फार्मूलियां ते काम करदी है जी। ਉਹ ਘੱਟ ਗਿਣਤੀਆਂ ਨੂੰ ਉਵੇਂ ਪਸੰਦ ਵੀ ਨਹੀਂ ਕਰਦੀ, ਪਰ ਉਹ ਸਾਰੀਆਂ ਘੱਟ ਗਿਣਤੀਆਂ ਨਾਲ ਉਵੇਂ ਇੱਕੋ ਸਮੇਂ 'ਚ ਫਰੰਟ ਖੋਲਣਾ ਵੀ ਨਹੀਂ ਚਾਹੁੰਦੀ। ਜੀ ਇਹ ਸਹੀ ਹੈ। ਸੋ ਇਸ ਲਈ ਉਹਨਾਂ ਨੂੰ ਇਹ ਵੀ ਰਹਿੰਦਾ ਕਿ ਮਤਲਬ ਜਿਵੇਂ ਜੈਨੀ ਨੇ, ਬੋਧੀ ਨੇ, ਉਹਨਾਂ ਦਾ ਅਸੀਂ ਲਗਭਗ ਹਿੰਦੂਕਰਨ ਕਰ ਲਿਆ ਜੀ, ਹੈ ਨਾ। ਉਹ ਹੁਣ ਮਤਲਬ ਉਵੇਂ ਵੱਖਰੇ ਤੌਰ ਦੇ ਉੱਤੇ ਨਹੀਂ ਵਿਚਰਦੇ ਜਾਂ ਪਹਿਚਾਣੇ ਜਾਣੇ ਜਾਂਦੇ। ਉਹਨਾਂ ਨੂੰ ਐਂ ਮੰਨ ਲਿਆ ਗਿਆ ਤਾਂ ਕਿ ਹਿੰਦੂ ਭਾਈਚਾਰੇ ਦਾ ਇੱਕ ਵਿੰਗ ਨੇ ਮੰਨ ਲਓ, ਜਦੋਂ ਕਿ ਉਹ ਵੱਖਰਾ ਧਰਮ ਹੈ ਜੀ। ਜੀ ਬਿਲਕੁਲ, ਤੇ ਉਹ ਵੀ ਘੱਟ ਗਿਣਤੀਆਂ 'ਚ ਨੇ, ਹੈਗੇ ਨੇ। ਤੇ ਉਸ ਤੋਂ ਬਾਅਦ ਫਿਰ ਸਿੱਖ ਭਾਈਚਾਰਾ ਤੇ ਈਸਾਈ ਭਾਈਚਾਰਾ, ਤੇ ਫਿਰ ਮੁਸਲਿਮ ਭਾਈਚਾਰਾ ਜਿਹੜਾ ਵੱਡੀ ਗਿਣਤੀ 'ਚ। ਇਸ ਲਈ ਇੱਕ ਨੀਤੀ ਤਾਂ ਮਤਲਬ ਅੰਦਰ ਖਾਤੇ ਸੰਘ ਦੀ ਜਾਂ ਭਾਜਪਾ ਦੀ ਹੈਗੀ ਆ ਕਿ ਕਿਸੇ ਵੀ ਰੂਪ 'ਚ ਸਿੱਖ ਭਾਈਚਾਰਾ ਤੇ ਮੁਸਲਿਮ ਭਾਈਚਾਰਾ ਨੇੜੇ ਨਹੀਂ ਆਉਣਾ ਚਾਹੀਦਾ। ਅੱਛਾ ਠੀਕ ਹੈ। ਕਿ ਜੇਕਰ ਇਹ ਤਾਕਤ ਇਕੱਠੀ ਹੁੰਦੀ ਆ ਤਾਂ ਫਿਰ ਸਾਡੇ ਸਿੰਘਾਸਨਾਂ ਨੂੰ ਚੁਣੌਤੀ ਹੋ ਸਕਦੀ ਆ, ਕਿਉਂਕਿ ਹਿੰਦੂ ਭਾਈਚਾਰੇ ਨਾਲ ਸਿੱਖ ਭਾਈਚਾਰੇ ਦਾ ਇੱਕ ਗੂੜਾ ਰਿਸ਼ਤਾ ਤਾਂ ਪੁਰਾਣਾ ਹੈ। ਖਾਸ ਕਰ ਜੇਕਰ ਆਪਾਂ ਆਪਣੀ ਬੈਲਟ ਵਾਲੇ ਖੇਤਰ ਦੇ ਹਵਾਲੇ ਨਾਲ ਦੇਖੀਏ। ਸੋ ਉਹ ਜਿਹੜਾ ਸਾਡੀ ਸਾਂਝ ਹੈ ਉਹ ਬਣੀ ਹੋਈ ਹੈ, ਤੇ ਇਹਨਾਂ ਨੂੰ ਲੱਗਦਾ ਕਿ ਜੇਕਰ ਇਸ ਲਈ ਇਹ ਕਈ ਵਾਰ ਮੁਗਲ ਰਾਜ ਦੀ ਨਿੰਦਾ ਦੇ ਚੱਕਰ 'ਚ ਮੁਸਲਮਾਨ ਦੀ ਨਿੰਦਾ ਕਰਨ ਲੱਗ ਜਾਂਦੇ ਨੇ। ਇਹ ਬੜੀ ਸ਼ਰਾਰਤੀ ਖੇਡ ਹੈ, बड़ी बड़ी बिल्कुल सही है। कि वो राज भाग दी निंदा है, जिहड़ा राजा बैठा है आज जेकर मोदी कोताही कर रहा तो मोदी राज दी नलैकी है, जेकर इंदिरा ने धक्केशाही की थी तो इंदिरा राज दी नलैकी सी। ओदे विच ओह धर्म दा मसला नहीं हुंदा। ये सही है, बिल्कुल सही। सो इस लई हां ओह हुक्मरान सी ते इहनू इह मुगल नू मुस्लिम राज वजों बदनाम करन दी कोशिश करदे ने जी। जी सो उसे तरह इहनू लग्गिया कि ईसाई भाईचारा दे उत्ते हुण मतलब अटैक भी हो रहे ने, कई तरह उन्हां ते हमलावर भी ने। सिख भाईचारे और ईसाई भाईचारे 'ਚ ਵੀ ਵਿਵਾਦ ਵੱਧ ਰਿਹਾ ਹੈ ਜੀ। ਜੀ ਜੀ ਠੀਕ ਹੈ। ਤੇ ਇਧਰ ਇਹ ਕਿਸੇ ਹੋਰ ਧਿਰ ਨਾਲ ਨਾ ਖੜ ਜਾਣ ਜਾ ਕੇ ਕਿਤੇ, ਤੇ ਇਸ ਲਈ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਦਾਣਾ ਜ਼ਰੂਰ ਪਾ ਕੇ ਰੱਖੋ ਜੀ। ਜੀ ਜੀ ਤੇ ਭਾਜਪਾ ਨੇ ਹੁਣ ਇਹ ਹਿਸਾਬ ਲਾਇਆ ਕਿ ਅਸੀਂ ਕੇਰਲਾ ਦੇ ਵਿੱਚ, ਕਸ਼ਮੀਰ ਦੇ ਵਿੱਚ, ਮੇਘਾਲਿਆ ਦੇ ਵਿੱਚ, ਇਹਨਾਂ ਥਾਵਾਂ ਤੇ। ਉਹ ਕੇਰਲਾ 'ਚ 28% ਈਸਾਈ ਭਾਈਚਾਰਾ ਜੀ। ਪਿਛਲੀ ਵਾਰ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਭਾਜਪਾ ਨੂੰ 11% ਤੋਂ ਵੱਧ ਵੋਟ ਪੈਂਦੀ ਹੈ ਜੀ। ਜੀ ਠੀਕ ਹੈ। ਪਰ ਇਸ ਵਾਰ ਉਹ ਵੋਟ ਘਟ ਕੇ 10% ਤੋਂ ਥੱਲੇ ਆ ਜਾਂਦੀ ਹੈ, 10% ਤੇ ਆ ਜਾਂਦੀ ਹੈ। ਸੋ ਇਹਨਾਂ ਨੂੰ ਲੱਗਦਾ ਕਿ ਜੇਕਰ ਉਹ ਭਾਈਚਾਰਾ ਸਾਡੇ ਨਾਲ ਆ ਜਾਵੇ ਤਾਂ ਸਾਡੀ ਉੱਥੇ ਮਤਲਬ ਗਿਣਤੀ ਵੱਧ ਸਕਦੀ ਹੈ। 3 ਕਰੋੜ ਦੀ ਆਬਾਦੀ 'ਚ 18% ਦੀ ਈਸਾਈ ਭਾਈਚਾਰਾ। ਜੀ ਸੋ ਇਸ ਲਈ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ, ਉੱਥੇ ਇਹਨਾਂ ਦੀ ਨਜ਼ਰ ਹੈ ਕਿ ਉੱਥੇ ਜਿਹੜਾ 1.5 ਕਰੋੜ ਦੀ ਆਬਾਦੀ ਹੈ ਉਹਦੇ ਵਿੱਚ 36000 ਤੋਂ ਵੱਧ ਈਸਾਈ ਭਾਈਚਾਰਾ। ਸੋ ਇਹ ਇਸ ਲਈ ਲੱਗਦਾ ਕਿ ਛੋਟਾ ਗਿਣਤੀ ਛੋਟੀ ਹੈ, ਪਰ ਜੇਕਰ ਇਹਨਾਂ ਨੂੰ ਸਮਝਾ ਬਜਾ ਕੇ ਇਸ ਲਈ ਇਹਨਾਂ ਨੇ ਇੱਕ ਸਕੀਮ ਘੜੀ ਆਰਐਸਐਸ ਨੇ ਕਿ ਕ੍ਰਿਸਮਸ ਮੌਕੇ ਸਮਾਗਮ ਕਰਾਓ ਜੀ, ਤੇ ਉਹਨਾਂ ਨੂੰ ਬੁਲਾਓ। ਠੀਕ ਹੈ। ਤੇ ਮੇਘਾਲਿਆ ਹਾਊਸ ਦੇ ਵਿੱਚ ਇਹ ਇੱਕ ਉਚੇਚੇ ਤੌਰ ਤੇ ਕ੍ਰਿਸਮਸ ਭੋਜ ਰੱਖਿਆ ਇਹਨਾਂ ਨੇ, ਤੇ ਉਹਦੇ ਵਿੱਚ ਕਸ਼ਮੀਰ ਤੋਂ ਲੈ ਕੇ ਕੇਰਲਾ ਤੱਕ ਦੇਸ਼ ਭਰ ਦੇ ਵਿੱਚ ਈਸਾਈ ਭਾਈਚਾਰੇ ਦੇ ਪ੍ਰਮੁੱਖ ਨੁਮਾਇੰਦਿਆਂ ਨੂੰ ਸੱਦਾ ਦਿੱਤਾ। ਫਿਰ ਉਹ ਤੋਂ ਬਾਅਦ ਸੂਬਿਆਂ 'ਚ ਇਹ ਵਿਚਰਨਗੇ ਉਹਨਾਂ ਦੇ ਹਵਾਲੇ ਨਾਲ। ਸੋ ਉਹਨਾਂ ਤੱਕ ਪਹੁੰਚ ਕਰ ਦੋ ਬਸ। ਉਹ ਇਸ ਲਈ ਇੱਕ ਨਵੇਂ ਫਾਰਮੂਲੇ ਤੇ ਕੰਮ ਕਰ ਰਹੇ ਨੇ ਤਾਂ ਕਿ ਘੱਟ ਗਿਣਤੀਆਂ ਤੋੜ ਕੇ ਵੀ ਰੱਖੋ ਤੇ ਆਪਣੇ ਮਗਰ ਵੀ ਲਾ ਕੇ ਰੱਖੋ। ਜੀ 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 ਨਾਲੇ ਰੌਲਾ ਹੈ ਨਾ ਸ਼ਰਮਾ ਜੀ, ਜਦੋਂ ਇਹ ਕੈਲਕੂਲੇਟਰ ਚੱਕਦੇ ਆ ਤੇ ਮੈਥਮੈਟਿਕਲੀ ਜਿਹੜੀਆਂ ਚੀਜ਼ਾਂ ਫਿੱਟ ਬੈਠਦੀਆਂ ਫਿਰ ਉਹਨਾਂ ਦੇ ਨਾਲ ਜਾਣ 'ਚ ਕੋਈ ਗਰੇਜ਼ ਵੀ ਨਹੀਂ ਬੀਜੇਪੀ। ਬਿਲਕੁਲ ਬਿਲਕੁਲ ਜੀ ਜੀ।